ਕਬੂਤਰਬਾਜ਼ੀ ਦੇ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਹੇ ਦਲੇਰ ਮਹਿੰਦੀ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ 2 ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ ਸਜ਼ਾ ਦੇ ਖਿਲਾਫ ਦਲੇਰ ਮਹਿੰਦੀ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ ਦਲੇਰ ਮਹਿੰਦੀ ਨੂੰ 19 ਸਾਲ ਪੁਰਾਣੇ ਕਬੂਤਰਬਾਜ਼ੀ ਮਾਮਲੇ ਦੇ ਵਿੱਚ ਪਟਿਆਲਾ ਦੀ ਅਦਾਲਤ ਨੇ ਕੁਝ ਸਮਾਂ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਸਨ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਬੈਰਕ ਸਾਂਝੀ ਕਰ ਰਹੇ ਸਨ ਪਰ ਹੁਣ ਸਜ਼ਾ ਮਾਫ ਹੋ ਚੁੱਕੀ ਹੈ ਸਸਪੈਂਡ ਹੋ ਚੁੱਕੀ ਹੈ ਤੇ ਦਲੇਰ ਮਹਿੰਦੀ ਕਿਸੇ ਵੀ ਵਕਤ ਜੇਲ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਾਹਰ ਆ ਸਕਦੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੀ ਘਰ ਘਰ ਆਟਾ ਵੰਡਣ ਵਾਲੀ ਸਕੀਮ ਦੀ ਡੰਗਾਈ ਨਾਲ ਜਾਂਚ ਕਰਨ ਦੇ ਲਈ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਚਿੱਠੀ ਸੌਂਪੀ ਹੈ ਮੰਗ ਪੱਤਰ ਸੌਪਿਆ ਹੈ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਹੁਣ ਜ਼ਿਲ੍ਹਾਾਂ ਚ ਬੰਦ ਕੈਦੀਆਂ ਦੇ ਪਰਿਵਾਰਾਂ ਨੂੰ ਰਾਹਤ ਮਿਲੀ ਹੈ ਕੈਦੀਆਂ ਦੇ ਪਰਿਵਾਰਕ ਮੈਂਬਰ ਹੁਣ ਜੇਲ੍ਹ ਦੇ ਵਿੱਚ 1 ਘੰਟੇ ਦਾ ਸਮਾਂ ਕੈਦੀ ਦੇ ਨਾਲ ਬਿਤਾ ਸਕਦੇ ਨੇ ਅਤੇ ਆਮੋ ਸਾਹਮਣੇ ਬਹਿ ਕੇ ਗੱਲਬਾਤ ਕਰ ਸਕਦੇ ਨੇ ਪਹਿਲਾਂ ਸ਼ੀਸ਼ਾ ਵਿਚਾਲੇ ਲੱਗਿਆ ਹੁੰਦਾ ਸੀ ਸ਼ੀਸ਼ੇ ਦੇ આરਪਾਰ ਬਹਿ ਕੇ ਹੀ ਦੋਨੇ ਜਣੇ ਗੱਲਬਾਤ ਕਰ ਸਕਦੇ ਸੀ ਪਰ ਹੁਣ ਇੱਕ ਕਮਰੇ ਦੇ ਵਿੱਚ ਬਹਿ ਕੇ ਪੂਰਾ 1 ਘੰਟਾ ਗੱਲਬਾਤ ਕਰਨ ਦੀ ਸਹੂਲਤ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਪਸ਼ੂਆਂ ਦੇ ਵਿੱਚ ਫੈਲੀ ਹੋਈ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਸੰਬੰਧੀ ਪੂਰੇ ਪੰਜਾਬ ਦੇ ਵਿੱਚ ਪਸ਼ੂ ਮੰਡੀਆਂ ਬੰਦ ਕਰਨ ਦਾ ਐਲਾਨ ਪਿਛਲੇ ਮਹੀਨੇ ਤੋਂ ਕੀਤਾ ਹੋਇਆ ਪਰ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ਐਲਾਨ ਬੇਅਸਰ ਹੈ ਕਿਉਂਕਿ ਖੰਨਾ ਦੇ ਵਿੱਚ ਪਸ਼ੂਆਂ ਦੀ ਮੰਡੀ ਲਾਈ ਗਈ ਹੈ ਜੀਟੀ ਰੋਡ ਖੰਨਾ ਤੇ ਦੂਜੀ ਵਾਰੀ ਇੱਥੇ ਪਸ਼ੂਆਂ ਦਾ ਮੇਲਾ ਲੱਗਿਆ ਹੈ ਇਸ ਮੌਕੇ ਪਹੁੰਚੇ ਵਪਾਰੀਆਂ ਨੇ ਦੱਸਿਆ ਕਿ ਸਾਨੂੰ ਤਾਂ ਮੰਡੀ ਲੱਗਣ ਦੀ ਸੂਚਨਾ ਮਿਲੀ ਸੀ ਇਸੇ ਕਰਕੇ ਅਸੀਂ ਪਸ਼ੂ ਲੈ ਕੇ ਆਏ ਹਾਂ ਪਿਛਲੇ ਦਿਨੀ ਇੱਕ ਬਾਬੇ ਦੇ ਦਰ ਤੇ ਜਾਣ ਤੋਂ ਬਾਅਦ ਚਰਚਾ ਦੇ ਵਿੱਚ ਆਏ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਸ਼ਾਇਦ ਮੁਰ ਤੋਂ ਚੰਗੇ ਦਿਨ ਆ ਗਏ ਨੇ ਆਈਵੀਵਾਈ ਗਰੁੱਪ ਨੇ ਇੰਦਰਜੀਤ ਨਿੱਕੂ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਰੀਅਲ ਅਸਟੇਟ ਕਾਰੋਬਾਰ ਦੇ ਨਾਲ ਮਸ਼ਹੂਰ ਆਈਵੀਵਾਈ ਗਰੁੱਪ ਦੇ ਡਾਇਰੈਕਟਰ ਵਿੰਦਰ ਸਿੰਘ ਵਿਕਰਮ ਸਿੰਘ ਤੇ ਗੁਰਕਮਲ ਸਿੰਘ ਨੇ ਦੱਸਿਆ ਕਿ ਪਿਛਲੇ 2 ਦਹਾਕਿਆਂ ਤੋਂ ਸੀ ਰੀਅਲ ਅਸਟੇਟ ਕਾਰੋਬਾਰ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦਾ ਵੀ ਬੀੜਾ ਚੁੱਕਿਆ ਹੈ ਇਸ ਕਰਕੇ 1990 ਦੇ ਦਹਾਕੇ ਦੇ ਵਿੱਚ ਪੰਜਾਬੀ ਗਾਇਕ ਵਿੱਚ ਉਚਾਈਆਂ ਹਾਸਲ ਕਰਨ ਵਾਲੇ ਇੰਦਰਜੀਤ ਨਿੱਕੂ ਨੂੰ ਅਸੀਂ ਕੰਪਨੀ ਦਾ ਬ੍ਰਾਂਡ ਐਮਬੈਸਡਰ ਨਿਯੁਕਤ ਕੀਤਾ ਹੈ ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਨਿੱਕੂ ਪੰਜਾਬੀ ਮਾਂ ਬੋਲੀ ਦੀ ਮੋੜ ਤੋਂ ਸੇਵਾ ਕਰਨਗੇ ਇਸ ਮੌਕੇ ਗਾਇਕ ਇੰਦਰਜੀਤ ਨਿੱਕੂ ਨੇ ਫਿਰ ਤੋਂ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਦੱਸਿਆ ਕਿ ਕੈਨੇਡਾ ਆਸਟ੍ਰੇਲੀਆ ਸਮੇਤ ਹੋਰ ਕਈ ਮੁਲਕਾਂ ਤੋਂ ਸ਼ੋਅ ਮਿਲ ਗਏ ਨੇ ਕੰਮ ਲਈ ਟੜਾਟੜ ਫੋਨ ਆ ਰਹੇ ਨੇ ਪਰ ਨਿੱਕੂ ਨੇ ਕਿਹਾ ਕਿ ਮੈਨੂੰ ਭੀਖ ਕਰਕੇ ਜਾਂ ਤਰਸ ਕਰਕੇ ਪੈਸੇ ਨਾ ਦਿਓ ਮੈਂ ਸਿਰਫ ਕੰਮ ਦੇ ਵਾਸਤੇ ਹੱਥ ਅਡਿਆਸੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨਾ ਕਿਸੇ ਇਲਜ਼ਾਮ ਦੇ ਵਿੱਚ ਲਗਾਤਾਰ ਫਸ ਰਹੀ ਹੈ ਆਮ ਆਦਮੀ ਪਾਰਟੀ ਨੇ ਜਿੱਥੇ ਪੰਜਾਬ ਦੇ ਵਿੱਚ ਇੱਕ ਦਿਨ ਪਹਿਲਾਂ ਬੀਜੇਪੀ ਤੇ ਉਹਨਾਂ ਦੇ ਵਿਧਾਇਕਾਂ ਨੂੰ ਕਥਿਤ ਤੌਰ ਤੇ ਖਰੀਦਣ ਦੇ ਇਲਜ਼ਾਮ ਲਾਏ ਤਾਂ ਹੁਣ ਬੀਜੇਪੀ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਹੈ ਇੱਕ ਵੀਡੀਓ ਜਾਰੀ ਕੀਤੀ ਹੈ ਕਥਿਤ ਸ਼ਰਾਬ ਘਟਾਲੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸ਼ਰਾਬ ਦੇ ਠੇਕਿਆਂ ਦੇ ਵਿੱਚ ਧਾਂਦਲੇ ਨੂੰ ਲੈ ਕੇ ਬੀਜੇਪੀ ਨੇ ਸਟਿੰਗ ਜਾਰੀ ਕੀਤਾ ਹੈ ਅਤੇ ਕੇਜਰੀਵਾਲ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਬੀਜੇਪੀ ਨੇ ਦਾਅਵਾ ਕੀਤਾ ਕਿ ਸ਼ਰਾਬ ਦੇ ਠੇਕਿਆਂ ਦੇ ਜ਼ਰੀਏ ਕੇਜਰੀਵਾਲ ਨੇ ਆਪਣੇ ਮਨਪਸੰਦ ਲੋਕਾਂ ਨੂੰ ਫਾਇਦਾ ਪਹੁੰਚਾਇਆ है बीजेपी ਦੇ ਕੌਮੀ ਬੁਲਾਰੇ ਸੁਧਾਂਸ਼ੂ ત્રिवेदी ਅਤੇ ਦਿੱਲੀ बीजेपी ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਟਿੰਗ ਨੂੰ ਰਿਲੀਜ਼ ਕੀਤਾ ਅਤੇ ਕਿਹਾ ਕਿ ਸ਼ਰਾਬ ਨੀਤੀ ਦੀਆਂ ਸਾਰੀਆਂ ਗੱਲਾਂ ਹੁਣ ਉਜਾਗਰ ਹੋ ਗਈਆਂ ਨੇ ਤੇ ਇਹ ਪੂਰੀ ਦੀ ਪੂਰੀ ਪਾਲਿਸੀ ਘਟਾਲੇ ਦੇ ਲਈ ਹੀ ਤਿਆਰ ਕੀਤੀ ਗਈ ਸੀ ਆਰਪੀ ਜਨਤਾ ਪਾਰਟੀ ਨਹੀਂ ਕਹਿ ਰਹੀ ਹੈ ਯਾ ਪਬਲਿਕ ਡੋਮੇਨ ਮੈਂ ਹਮ ਤੋ ਸਵਾਲ ਪੁੱਛ ਰਹੇ ਹਾਂ ਕਿ ਜਬ ਇਸ ਪ੍ਰਕਾਰ ਕੀ ਨੀਤੀਗਤ ਬਾਤਾਂ ਉਭਰ ਕੇ ਸਾਹਮਣੇ ਆਈ ਨੰਬਰ 2 ਪਾਲਿਸੀ ਆਪਨੇ ਵਿਡਰਾ ਕਰੀ नंबर तीन उसके बावजूद आपने उसका समर्थन किया नंबर चार पहली स्टिंग पे कोई कार्रवाई नहीं की नंबर पांच आपने उसके बाद स्टिंग पर कोई कार्रवाई नहीं की है और आपके आंदोलन के पितृपुरुष अन्ना जी भी इस पर आपके बारे में लिख चुके हैं पर मेरा मानना है कितना चरित्र बदलता चला जाता है मैं ये कहना चाहूं कि सत्ता की का जो नशा है जिसमें आज आम आदमी पार्टी सवार है उसने उसके चरित्र को जितना बदला है भारत की राजनीति में शायद सात आठ वर्ष के कालखंड में किसी पार्टी का ਇਤਨਾ ਚਰਿੱਤਰ ਬਦਲਤੇ ਹੋਏ ਨਹੀਂ ਦੇਖੋ ਇਸ ਸਟਿੰਗ ਦੇ ਰਿਲੀਜ਼ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਸੋਧੀਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਦਾਵਾ ਕੀਤਾ ਕਿ ਜਿਹੜੀ ਸਟਿੰਗ ਭਾਜਪਾ ਲੈ ਕੇ ਆਈ ਹੈ ਉਸ ਨੂੰ ਸੀਬੀਆਈ ਦੇ ਹਵਾਲੇ ਕਰੋ ਤੇ ਜੇ ਮੈਨੂੰ ਸੋਮਵਾਰ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਹਦਾ ਮਤਲਬ ਹੈ ਕਿ ਸਟਿੰਗ ਪੂਰੀ ਤਰ੍ਹਾਂ ਦੇ ਨਾਲ ਝੂਠਾ ਹੈ ਇਸ ਵਾਇਰਲ ਹੋਰ ਇਸ ਸਟਿੰਗ ਤੋਂ ਬਾਅਦ ਮਨੀਸ਼ ਸਸੋਧੀਆਂ ਨੇ ਚੈਲੰਜ ਕੀਤਾ ਹੈ ਭਾਜਪਾ ਨੂੰ ਅਬ ਸੀਬੀਆਈ ਕੋ ਕੁਛ ਨਹੀਂ ਮਿਲਿਆ ਇਹਨਾਂ ਨੇ ਈਡੀ ਸੇ ਜਾਂਚ ਕਰਾ ਲਈ ਉਸਮੇਂ ਇਨਕੋ ਕੁਛ ਨਹੀਂ ਮਿਲ ਰਹਾ ਅਬ ਇਹ ਸਟਿੰਗ ਲੈ ਕੇ ਆਏ जी देखो ये आदमी कह रहा है इनको दिए होंगे इनको दिए होंगे मैं आज भारतीय जनता पार्टी से अनुरोध करना चाहता हूं कि ये जो सोकॉल्ड आपका स्टिंग है इसको आप आज और अभी जाके सीबीआई को दीजिए और चार दिन के अंदर अंदर स्टिंग हुई गये अब स्टिंग तो सबूत में आ गया चार दिन के अंदर अंदर सीबीआई इसकी जांच करके मुझे गिरफ्तार कर ले भाई भारतीय जनता पार्टी ने स्टिंग कर ही दिया है सीबीआई की एक्सटर्नल ब्रांच है भारतीय जनता पार्टी आजकल तो एक्सटर्नल ब्रांच से सबूत आ गया एक्सटर्नल ब्रांच की बीजेपी की जिम्मेदारी है कि जाके सीबीआई को सौंपे और सीबीआई इसकी बहुत सख्ती से बहुत गहनता से और बहुत तेजी से जांच करे ਬੋਧਵਾਰ ਨੂੰ ਗੋਆ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਭਾਜਪੀ ਨੇ ਉਦੋਂ ਦਿੱਤਾ ਜਦੋਂ ਕੁੱਲ 11 ਦੇ ਵਿੱਚੋਂ ਕਾਂਗਰਸ ਦੇ 8 ਵਿਧਾਇਕ ਭਾਜਪੀ ਦੇ ਵਿੱਚ ਸ਼ਾਮਿਲ ਹੋ ਗਏ ਇਹਨਾਂ ਦੇ ਵਿੱਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਵੀ ਸ਼ਾਮਿਲ ਨੇ ਤੇ ਜਿਹੜੇ 3 ਵਿਧਾਇਕ ਹੁਣ ਰਹਿ ਗਏ ਨੇ ਉਹਨਾਂ ਨੇ ਬਿਆਨ ਜਾਰੀ ਕੀਤਾ ਕਹਿੰਦੇ ਅਸੀਂ ਹਰ ਹਾਲ ਵਿੱਚ ਪਾਰਟੀ ਦੇ ਨਾਲ ਰਹਾਂਗੇ ਇਹ ਤਿੰਨੇ ਵਿਧਾਇਕ ਨੇ ਜਿਹੜੇ ਕਾਂਗਰਸੀ ਨੇ ਯੂਰੀ ਅਲੇਮਾਓ ਐਲਟੋਨ ਡੀ ਕੋਸਟਾ ਤੇ ਕਾਰਲਸ ਅਲਵਾਰੈਸ ਫਰੇਰਾ ਇਹ ਤਿੰਨੇ ਵਿਧਾਇਕਾਂ ਨੇ ਇਹ ਦਾਵਾ ਕੀਤਾ ਹੈ ਕਿ ਇੱਕ ਠੋਕੇ ਹੈ ਕਿ ਅਸੀਂ ਆਪਣੀ ਪਾਰਟੀ ਦਾ ਸਾਥ ਨਹੀਂ ਛੱਡਾਂਗੇ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਵਿਪুল ਚੌਧਰੀ ਨੂੰ ਦੁੱਧ ਸਾਗਰ ਡੇਰੀ ਦੇ ਵਿੱਚ ਕਰੀ 500 ਕਰੋੜ ਰੁਪਏ ਦੀਆਂ ਕਥਿਤ ਬੇਨਿਜਮੀਆਂ ਦੇ ਮਾਮਲੇ ਦੇ ਵਿੱਚ ਸੂਬੇ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਯਾਨਕਿ ACB ਨੇ ਹਿਰਾਸਤ ਵਿੱਚ ਲੈ ਲਿਆ ਚੌਧਰੀ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਨੇ ਫੈਡਰੇਸ਼ਨ ਦੇ ਕੋਲ ਅਮੁੱਲ ਬ੍ਰਾਂਡ ਦੀ ਮਾਲਕੀ ਹੈ ਚੌਧਰੀ ਮਹਿਸਾਨਾ ਦੀ ਦੁੱਧ ਸਾਗਰ ਡੇਰੀ ਦੇ ਮੁਖੀ ਵੀ ਰਹੇ ਚੁੱਕੇ ਨੇ ACB ਦੇ ਸੰਯੁਕਤ ਨਿਰਦੇਸ਼ਕ ਮਕਰੰਦ ਚੋਹਾਨ ਨੇ ਕਿਹਾ ਕਿ ਉਹਨਾਂ ਦੇ ਚਾਰਟਰਡ ਅਕਾਊਂਟੈਂਟ ਸ ਏਜੰਸੀ ਨੇ ਰਾਤ ਨੂੰ ਮਹਿਸਾਣਾ ਤੋਂ ਹਿਰਾਸਤ ਦੇ ਵਿੱਚ ਲਿਆ ਸੀ ਇਹਨਾਂ ਦੋਵਾਂ ਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ ਤੋਂ ਬਾਅਦ ਅਧਿਕਾਰਤ ਤੌਰ ਤੇ ਗ੍ਰਿਫਤਾਰ ਕੀਤਾ ਜਾਊਗਾ ਬਾਲੀਵੁੱਡ ਅਦਾਕਾਰਾ ਨੂਰਾ ਫਤੇਹੀ ਠੱਗ ਸੁਕੇਸ਼ ਚੰਦਰ ਸ਼ੇਖ ਨਾਲ ਸੰਬੰਧਿਤ 200 ਕਰੋੜ ਰੁਪਏ ਦੇ ਫਰੋਤੀ ਮਾਮਲੇ ਦੀ ਜਾਂਚ ਲਈ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਹੋਈ ਤੇ ਦੂਸਰੀ ਵਾਰੀ ਨੂਰਾ ਫਤੇਹੀ ਨੂੰ ਪੁੱਛ ਪੜਤਾਲ ਦੇ ਲਈ ਤਲਬ ਕੀਤਾ ਗਿਆ ਪੁਲਿਸ ਨੇ ਕਿਹਾ ਕਿ ਉਸ ਤੋਂ ਪਿੰਕੀ ਇਰਾਨੀ ਦੇ ਨਾਲ ਵੀ ਪੁੱਛ ਪੜਤਾਲ ਕੀਤੀ ਜਾਵੇਗੀ ਜਿਸ ਨੇ ਕਥਿਤ ਤੌਰ ਤੇ ਚੰਦਰ ਸ਼ੇਖ ਨਾਲ ਉਹਦੀ ਜਾਣ ਪਛਾਣ ਕਰਵਾਈ ਸੀ ਤੇ ਇੱਕ ਪਹਿਲਾ ਜੈਕਲਨ ਫਰਨਾਂਡੇਸ ਤੋਂ ਇਸੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਸੀ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰੀ ਫੇਰ ਵਿਦੇਸ਼ ਦੌਰੇ ਤੇ ਚਲੇ ਗਏ ਨੇ ਐਤਕੀ ਉਹ ਐਸਈਓ ਦੀ ਬੈਠਕ ਦੇ ਵਿੱਚ ਹਿੱਸਾ ਲੈਣ ਦੇ ਲਈ ਉਜ਼ਬੇਕਿਸਤਾਨ ਦੇ ਵਿੱਚ ਸਮਰਕੰਦ ਲਈ ਰਵਾਨਾ ਹੋਏ ਨੇ ਯੂਕਰੇਨ ਤੋਂ ਖਬਰ ਹੈ ਜਿੱਥੇ ਜਲਪੰਡਾਰ ਤੇ ਬਣੇ ਡੈਮ ਉੱਤੇ ਮਿਜ਼ਾਈਲ ਹਮਲੇ ਤੋਂ ਬਾਅਦ ਲੋਕਾਂ ਨੂੰ ਹੜ ਦੇ ਖਤੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਥਾਨਕ ਲੋਕਾਂ ਨੇ ਆਪਣੇ ਆਪ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਦੀ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਲਈ ਮਦਦ ਕਰੇ ਇਲਾਕੇ ਦੇ ਸੀਨੀਅਰ ਅਧਿਕਾਰੀਆਂ ਕਿ ਇੱਕ ਰਵਈ ਰਹੀ ਦੇ ਦੋ ਜ਼ਿਲ੍ਹਿਆਂ ਦੀਆਂ 22 ਸੜਕਾਂ ਇਸ ਡੈਮ ਤੇ ਮਿਜ਼ਾਈਲ ਹਮਲੇ ਦੇ ਨਾਲ ਪ੍ਰਭਾਵਿਤ ਹੋਈਆਂ ਨੇ ਬੰਨ ਵਿੱਚ ਦਰਾਰਾਂ ਨਾਲ 100 ਕਿਊਬਿਕ ਮੀਟਰ ਪ੍ਰਤੀ ਸੈਕਿੰਡ ਦੀ ਦਰ ਦੇ ਨਾਲ ਪਾਣੀ ਵਹਿਣ ਨਾਲ ਇਹਨੂੰ ਲੇਟੈਸਟ ਨਦੀ ਦਾ ਜਲ ਪੱਧਰ ਖਤਰਨਾਕ ਰੂਪ ਦੇ ਨਾਲ ਵੱਧ ਰਿਹਾ ਹੈ ਇਸ ਦਰਮਿਆਨ ਯੂਕਰੇਨ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਜਵਾਬੀ ਹਮਲੇ ਤੋਂ ਪਰੇਸ਼ਾਨ ਹੋ ਕੇ ਰੂਸ ਨੇ ਇਹ ਹਮਲਾ ਕੀਤਾ ਹੈ ਯੂਕਰੇਨ ਦੇ ਰਾਸ਼ਪਤੀ ਵਾਲਦੀਮੀਰ ਜ਼ੇਲੈਂਸਕੀ ਨੇ ਰੂਸ ਨੂੰ ਅੱਤਵਾਦੀ ਦੇਸ਼ ਦੱਸਿਆ ਹੈ ਜ਼ੇਲੈਂਸਕੀ ਨੇ ਵਾਰ ਦੇ ਰਾਤ ਨੂੰ ਕਿਹਾ ਕਿ ਕਾਇਰ ਹੀ ਆਮ ਨਾਗਰਿਕਾਂ ਦੇ ਉੱਤੇ ਹਮਲੇ ਕਰਦੇ ਨੇ ਉਹਨਾਂ ਕਿਹਾ ਕਿ ਉਹ ਬਦਮਾਸ਼ ਜਿਹੜੇ ਯੁੱਧ ਦੇ ਮੈਦਾਨ ਚੋਂ ਭੱਜ ਕੇ ਚਲੇ ਗਏ ਉਹ ਦੂਰੋਂ ਹਮਲੇ ਕਰਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਕਿ ਬਹੁਤ ਹੀ ਗਲਤ ਗੱਲ ਹੈ ਤੇ ਰੂਸ ਦੇ ਇਸ ਹਮਲੇ ਦੇ ਨਾਲ ਜਿਹੜਾ ਹੜ ਆਉਣ ਦਾ ਖਤਰਾ ਵਧ ਗਿਆ ਹੈ ਉਸ ਦੇ ਨਾਲ 6 ਲੱਖ ਲੋਕ ਪ੍ਰਭਾਵਿਤ ਹੋਣਗੇ ਜੇ ਸੱਚਮੁੱਚ ਹੜ ਵਰਗੇ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ 6 ਲੱਖ ਲੋਕ ਪ੍ਰਭਾਵਿਤ ਹੋਣਗੇ ਹਾਲਾਂਕਿ ਇਸ ਪੂਰੇ ਹਮਲੇ ਦੇ ਉੱਤੇ ਰੂਸ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ 스ਵੇਡਨ ਦੇ ਪ੍ਰਧਾਨ ਮંત્રી ਮੈਗਡੇਲਿਨਾ ਐਂਡਰਸਨ ਨੇ ਐਲਾਨ ਕੀਤਾ ਹੈ ਕਿ ਆਤਵਾ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਉਹ ਅਸਤੀਫਾ ਦੇ ਦੇਣਗੇ ਐਂਡਸਨ ਦੀ ਸੈਂਟਰਲ ਲੈਫਟ ਗੱਠਜੋੜ ਸਰਕਾਰ ਹੈ ਜਿਹੜੀ ਉਹ ਦੱਖਣ ਪੰਥੀ ਪਾਰਟੀਆਂ ਤੋਂ ਬਹੁਤ ਹੀ ਘੱਟ ਫਰਕ ਦੇ ਨਾਲ ਹਾਰ ਗਈ